ਪੰਜਾਬ ਦੇ ਜੰਗਲਾਤ ਅਤੇ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਵਿੱਚ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਅਤੇ ਲੋਕਾਂ ਦੇ ਨਾਲ ਇੱਕ ਬੈਠਕ ਕੀਤੀ ਜਿਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਜੰਗਲਾਤ ਮਹਿਕਮੇ ਦਾ ਕਰਮਚਾਰੀ ਕੋਈ ਵੀ ਦਰਖਤ ਕੱਟਦਾ ਜਾਂ ਕਟਾਉਂਦਾ ਫੜਿਆ ਗਿਆ ਤਾਂ ਉਸ ਨੂੰ ਕਾਨੂੰਨ ਦੇ ਅਨੁਸਾਰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ ਕੰਢੀ ਇਲਾਕੇ ਦੀਆਂ ਮੁਸ਼ਕਲਾਂ ਨੂੰ ਵੀ ਬਹੁਤ ਧਿਆਨ ਨਾਲ ਉਹਨਾਂ ਨੇ ਸੁਣਿਆ ਅਤੇ ਐਲਾਨ ਕੀਤਾ ਕਿ ਇਸ ਇਲਾਕੇ ਵਿੱਚ ਜੰਗਲੀ ਜਾਨਵਰ ਕਿਸਾਨਾਂ ਦੀਆਂ ਫਸਲਾਂ ਖਰਾਬ ਕਰ ਦਿੰਦੇ ਨੇ। ਇਸ ਤੋਂ ਬਚਾਉਣ ਲਈ ਕਿਸਾਨਾਂ ਨੂੰ ਸਬਸਿਡੀ ਦੇ ਕੇ ਖੇਤਾਂ ਵਿੱਚ ਫੈਂਸ ਲਗਵਾਈ ਜਾਵੇਗੀ। ਜਿਸ ਦਿਨ ਇਹ ਕੁਰਸੀ ਸੰਭਾਲੀ ਸੀ, ਪਹਿਲੀ ਮੀਟਿੰਗ ਸੀ, ਸਭ ਤੋਂ ਪਹਿਲਾਂ ਮੈਨੂੰ ਕੰਢੀ ਏਰੀਆ ਯਾਦ ਆਇਆ ਸੀ ਬੈਠੇ ਵੀ ਅਸੀਂ ਜੰਗਲਾਂ ਦੇ ਆਲੇ ਦੁਆਲੇ ਤਾਰ ਲਾ ਕੇ ਗੱਲ ਨਹੀਂ ਬਣਦੀ, ਕਿਤਨਾ ਕਿਤੋਂ ਟਿੱਟ ਰਹਿ ਜਾਂਦੀ ਹੈ। ਮੇਰੀ ਆਪਣੀ ਇਹ ਹੈ ਤਮੰਨਾ ਹੈ ਕਿ ਗਰੀਬ ਲੋਕਾਂ ਦੇ ਖੇਤਾਂ ਨੂੰ ਸਬਸਿਡੀ ਦੇ ਕੇ ਖੇਤਾਂ 'ਚ ਤਾਰ ਲਵਾਈ ਜਾਵੇ ਤਾਂ ਕਿ ਜੇ ਕੰਢੇ ਏਰੀਏ ਦੇ ਲੋਕ ਨੇ ਉਹ ਜਿਹੜਾ ਜਿੰਨੇ ਜੰਗਲੀ ਜਾਨਵਰ ਨੇ ਉਹਨਾਂ ਤੋਂ ਆਪਣਾ ਖੇਤੀ ਨੂੰ ਬਚਾ ਸਕਣ। ਅਸੀਂ ਕਹਿ ਸਕਦਾ ਖੁਦ ਹੀ ਸਾਰੇ ਮਹਿਕਮਾ ਨਾਲ ਅਸੀਂ ਬੜੀ ਕੋਸ਼ਿਸ਼ ਹਾਂ ਕਿ ਜਲਦੀ ਤੋਂ ਜਲਦੀ ਅਸੀਂ ਸ਼ੁਰੂਆਤ ਕਰ ਦਈਏ।